ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਲਕਾ ਸੁਲਤਾਨਪੁਰ ਲੋਧੀ ਸਰਦੂਲ ਸਿੰਘ ਥਿੰਦ ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਉਮੀਦਵਾਰ, ਜੋ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਜੋ ਨਵੀਂ ਸਰਕਾਰ ਬਣੀ ਆ ਉਹਨੂੰ ਵਧਾਈ ਦਿੰਦੇ ਹਾਂ, ਅਤੇ ਨਾਲ ਹੀ ਅਸੀਂ ਇਹਨਾਂ ਨੂੰ ਉਮੀਦ ਰੱਖਦੇ ਸਰਕਾਰ ਕੋਲ ਨਵੀਂ ਕੋਲੋਂ, ਜੋ ਕਿ ਸਾਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਹੀ ਜਿਹੜਾ ਵਾ ਧੱਜੀਆਂ ਉਡਾਈਆਂ ਜਾ ਰਹੀਆਂ ਵਾਂ, ਅਤੇ ਬਹੁਤ ਜ਼ਿਆਦੀਆਂ ਫੀਸਾਂ ਵਾਂ। ਅਸੀਂ ਉਮੀਦ ਰੱਖਦੇ ਹਾਂ ਜਲਦ ਤੋਂ ਜਲਦੀ ਜਿਹੜੇ ਆ ਸਾਨੂੰ ਸਰਕਾਰੀ ਸਕੂਲ ਔਰ ਨੰਬਰ 2 'ਤੇ ਜੋ ਸਰਕਾਰੀ ਹੋਸਪਿਟਲ, ਉਹਨਾਂ ਤੋਂ ਦਵਾਈ ਜਿਹੜੀ ਸਾਡੇ ਪਰਿਵਾਰਾਂ ਨੂੰ, ਸਾਰਿਆਂ ਨੂੰ, ਮੇਰੇ ਵੀਰਾਂ ਨੂੰ, ਭਰਾਵਾਂ ਨੂੰ, ਬੱਚਿਆਂ ਨੂੰ, ਜੋ ਕਿ ਸਿਹਤ ਵਿਭਾਗ ਵਾਸਤੇ ਵੀ ਬਹੁਤ ਜ਼ਰੂਰੀ ਆ, ਅਤੇ ਨਵੀਂ ਸਰਕਾਰ ਨੂੰ ਅਸੀਂ ਜਲਦ ਹੀ ਅਪੀਲ ਕਰਦੇ ਹਾਂ ਜੋ ਕਿ ਇਹ ਸਾਰੇ ਕਾਨੂੰਨ ਆ ਜਲਦ ਲਾਗੂ ਕੀਤੇ ਜਾਣ, ਅਤੇ ਜਲਦ ਤੋਂ ਜਲਦ ਜਿਹੜੇ ਇਨਸਾਨੀਅਤ ਦੇ ਖਾਤੇ ਵਧੀਆ ਢੰਗ ਦੇ ਨਾਲ ਕੰਮ ਕੀਤੇ ਜਾਣ, ਅਤੇ ਅਸੀਂ ਨਵੀਂ ਸਰਕਾਰ ਨੂੰ ਅਪੀਲ ਕਰਦੇ ਹਾਂ, ਉਮੀਦ ਵੀ ਦੱਸਦੇ ਹਾਂ ਜੀ। ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦੀ ਲੁੱਟ ਤੁਸੀਂ ਮਹਿਸੂਸ ਕਰਦੇ ਹੋ ਪ੍ਰਾਈਵੇਟ ਸਕੂਲਾਂ 'ਚ? ਦੇਖੋ ਜੀ, 2-3 ਸਾਲ ਤੋਂ ਸਕੂਲ ਬੰਦ ਪਏ ਆ, ਘਰ ਬੈਠੇ ਬੱਚਿਆਂ ਕੋਲ ਫੀਸਾਂ ਲਈਆਂ ਜਾ ਰਹੀਆਂ, ਘਰ ਬੈਠੇ ਬੱਚਿਆਂ ਨੂੰ ਜੁਰਮਾਨੇ ਪਾਏ ਜਾ ਰਹੇ ਆ, ਅਤੇ ਸਭ ਤੋਂ ਵੱਡੀ ਲੁੱਟ ਇਹ ਆ ਵੀ ਇਹਨਾਂ ਇੱਕ ਪੈਸਾ ਵੀ ਰਵਾਇਤ ਨਹੀਂ ਕੀਤਾ ਸਾਨੂੰ ਜਿਹੜੀਆਂ ਫੀਸਾਂ ਦੇ, ਅਤੇ ਅਸੀਂ ਸਰਕਾਰ ਕੋਲ ਉਮੀਦ ਕਰਾਖਦੇ ਹਾਂ, ਪਰ ਪ੍ਰਾਈਵੇਟ ਸਕੂਲਾਂ ਨੇ ਸਾਨੂੰ ਕੀ ਦੇਣਾ ਬੱਚਿਆਂ ਨੂੰ, ਲੇਕਿਨ ਬੱਚੇ ਪੜ੍ਹਾਈ ਤੋਂ ਵਾਂਝੇ ਬੈਠੇ ਆ ਜੀ ਸਾਨੂੰ ਇਸ ਟਾਈਮ। ਫੀਸਾਂ ਨੂੰ ਘੱਟ ਕਰਵਾਉਣ ਦੀ ਮੰਗ ਕਰਦੇ ਹੋ ਸਰਕਾਰ ਪਾਸੋਂ, ਕੋਈ ਐਸਾ ਰੂਲ ਬਣੇ? ਹਾਂ ਬਿਲਕੁਲ, ਇਹ ਮੰਗ ਕਰਦੇ ਜੋ ਗਰੀਬ ਪਰਿਵਾਰ ਬੱਚਿਆਂ ਨੂੰ ਫੀਸਾਂ ਕੋਈ ਰਿਆਇਤ ਕੀਤੀਆਂ ਜਾਣ, ਜੋ ਕਿ ਬੱਚੇ ਅਗਾਂਹ ਅਗਲਾ ਅਗਲੀ ਪੜ੍ਹਾਈ ਦਾ ਕਲਾਸ ਦਾ ਭਵਿੱਖ ਬਣਾਉਣ, ਅਤੇ ਨਾਲ ਅਸੀਂ ਉਮੀਦ ਰੱਖਦੇ ਹਾਂ ਸਰਕਾਰੀ ਸਕੂਲ ਕਾਇਮ ਕੀਤੇ ਜਾਣ ਜੋ ਸਾਡੇ ਖਤਮ ਹੋਏ ਹੋਏ ਆ।